ਦੇਨ ਦਾ ਟੈਂਪਰੇਚਰ ਕਾਫੀ ਜ਼ਿਆਦਾ ਉੱਚਾ ਹੈ ਨਾ ਦਿਨਾਂ ਦੇ ਵਿੱਚ ਰਾਤ ਨੂੰ ਸਿਲ ਹੋਣ ਦੇ ਕਾਰਨ ਤਰੇਲ ਹੋਣ ਦੇ ਕਾਰਨ ਕਾਫੀ ਜ਼ਿਆਦੀਆਂ ਬਿਮਾਰੀਆਂ ਜੜੀਆਂ ਕਣਕਾਂ ਦੇ ਵਿੱਚ ਆਉਣੀਆਂ ਚਾਲੂ ਹੋ ਚੁੱਕੀਆਂ ਨੇ ਉਹ ਬਿਮਾਰੀਆਂ ਜੜੀਆਂ ਆਪਾਂ ਨੂੰ ਮਾਰਚ ਦੇ ਐਂਡ ਦੇ ਵਿੱਚ ਜਾਂ ਫਿਰ ਮਾਰਚ ਦੇ ਅੱਧ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਉਹ ਵੀ ਇਹਨਾਂ ਦਿਨਾਂ ਦੇ ਵਿੱਚ ਕਣਕਾਂ ਦੇ ਵਿੱਚ ਐਕਟੀਵੇਟ ਜੜੀਆਂ ਹੋਣੀਆਂ ਚਾਲੂ ਹੋਈਆਂ ਨੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਖਤਰਨਾਕ ਆਪਾਂ ਮੰਨਦੇ ਹਾਂ ਜਿਹਨੂੰ ਹਲਦੀ ਰੋਗ ਆਖਿਆ ਜਾਂਦਾ ਹੈ ਪੀਲੀ ਕੁੰਗੀ ਪੀਲੀ ਕੁੰਗੀ ਜਾਂ ਫਿਰ ਪੂਰੀ ਕੁੰਗੀ ਇਹਦੀ ਨਾਲ ਭੈਣ ਭਰਾ ਨੇ ਜਿਹੜੇ ਦੋਵੇਂ ਇਹ ਆਪਾਂ ਨੂੰ ਕਣਕ ਦੀਆਂ ਕਾਫੀ ਜ਼ਿਆਦਾ ਵੈਰਾਈਟੀਆਂ ਦੇ ਵਿੱਚ ਵੈਰਾਈਟੀਆਂ ਦੇ ਵਿੱਚੋਂ ਜਿਵੇਂ ਆਪਾਂ ਗੱਲ ਕਰਦੇ ਆ 29 67 28 52 ਜਾਂ ਫਿਰ ਨਵੀਂ ਜਿਹੜੀ ਕਿਸਮ ਹੈ 187 590 ਇਹਦੇ ਤੋਂ ਇਲਾਵਾ 32 26 ਇਹਨਾਂ ਕਿਸਮਾਂ ਦੇ ਵਿੱਚ ਸਭ ਤੋਂ ਜ਼ਿਆਦਾ ਤੇ ਬਾਕੀ ਕਿਸਮਾਂ ਦੇ ਵਿੱਚ ਵੀ ਆਪਾਂ ਨੂੰ ਕਿਤੇ ਕਿਤੇ ਇਹ ਜਿਹੜੀ ਬਿਮਾਰੀ ਇਹ ਦੇਖਣ ਨੂੰ ਇਹਨਾਂ ਦਿਨਾਂ ਦੇ ਵਿੱਚ ਮਿਲ ਜਾਂਦੀ ਏ। ਹਲਦੀ ਰੋਗ ਦੇ ਨਾਂ ਨਾਲ ਇਹਨੂੰ ਸਾਰੇ ਪੰਜਾਬ ਦੇ ਵਿੱਚ ਜ਼ਿੰਮੇਦਾਰ ਜਾਣਦੇ ਨੇ ਹਲਦੀ ਰੋਗ ਇਹ ਜਿਹੜੀ ਬਿਮਾਰੀ ਜਿਹਨੂੰ ਆਪਾਂ ਹਲਦੀ ਰੋਗ ਕਹਿੰਨੇ ਆ ਪੀਲੀ ਕੁੰਗੀ ਅਸਲ ਦੇ ਵਿੱਚ ਖਤਰਨਾਕ ਬਹੁਤ ਜ਼ਿਆਦਾ ਹੁੰਦੀ ਏ ਜੇਕਰ ਪਹਿਲੇ ਦਿਨਾਂ ਦੇ ਵਿੱਚ ਕਣਕ ਦੇ ਉੱਤੇ ਬਿਮਾਰੀ ਆ ਜਾਵੇ ਨਾ ਜਨਵਰੀ ਦੇ ਵਿੱਚ ਆ ਜਾਵੇ ਜਾਂ ਦਸੰਬਰ ਦੇ ਵਿੱਚ ਆ ਜਾਵੇ ਤਾਂ 75% ਤੱਕ ਕਣਕ ਦਾ ਝਾੜ ਜਿਹੜਾ ਇਹਦੇ ਨਾਲ ਘਟ ਜਾਂਦਾ ਹੈ ਇਹਨਾਂ ਦਿਨਾਂ ਦੇ ਵਿੱਚ ਜੇਕਰ ਆਪਾਂ ਗੱਲ ਕਰਦੇ ਹਾਂ ਹਾਲਾਂਕਿ ਉਹਨਾਂ ਜ਼ਿਆਦਾ 70-75% ਤੱਕ ਨੁਕਸਾਨ ਤਾਂ ਨਹੀਂ ਹੋ ਸਕਦਾ ਪਰ ਫਿਰ ਵੀ ਬਹੁਤ ਜ਼ਿਆਦਾ ਹੱਦ ਤੱਕ ਕਣਕ ਦਾ ਨੁਕਸਾਨ ਜਿਹੜਾ ਝਾੜ ਦੇ ਉੱਤੇ ਫਰਕ ਪਾ ਸਕਦੀ ਏ ਇਹ ਬਿਮਾਰੀ ਕਣਕ ਦਾ ਸਭ ਤੋਂ ਜ਼ਿਆਦਾ ਝਾੜ ਘਟਾਉਣ ਵਾਲੀ ਬਿਮਾਰੀ ਮੰਨੀ ਜਾਂਦੀ ਏ ਅਸਲ ਦੇ ਵਿੱਚ ਜਦੋਂ ਜ਼ਿਮੀਂਦਾਰਾਂ ਨੂੰ ਇਹ ਦੇਖਣੀ ਚਾਹਲੂ ਹੁੰਦੀ ਏ ਉਹਦੇ ਤੋਂ ਪਹਿਲਾਂ ਇੱਕ ਹਫਤਾ ਪਹਿਲਾਂ ਆਈਏ ਜਿੰਨਾ ਨੁਕਸਾਨ ਕਰਨਾ ਹੁੰਦਾ ਹੈ ਉਨਾ ਕਰ ਚੁੱਕੀ ਹੁੰਦੀ ਏ ਜਦੋਂ ਟੈਂਪਰੇਚਰ ਇਹਦੇ ਮੁਤਾਬਕ ਹੁੰਦਾ ਹੈ ਇਹਦੇ ਸਪਰਮ ਜਿਹੜੇ ਨੇ ਉੱਡ ਕੇ ਆਉਣਾ ਸ਼ੁਰੂ ਹੁੰਦੇ ਨੇ ਹਵਾ ਦੇ ਵਿੱਚੋਂ ਤਾਂ ਵਾਣ ਕੇ ਪੱਤਿਆਂ ਦੇ ਉੱਤੇ ਸਟੋਮੇਟਾ ਦੇ ਰਾਹੀਂ ਪੱਤਿਆਂ ਦੇ ਅੰਦਰ ਵੜਦੇ ਨੇ ਅੰਦਰ ਵੜ ਕੇ ਆਪਣੇ ਆਪ ਨੂੰ ਡਿਵੈਲਪ ਕਰਦੇ ਨੇ ਪੂਰੇ ਪੱਤੇ ਦੇ ਵਿੱਚ ਫੈਲ ਜਾਂਦੇ ਨੇ ਸਾਰੇ ਪੱਤੇ ਦੇ ਵਿੱਚ ਫੈਲਣ ਤੋਂ ਬਾਅਦ ਦੇ ਵਿੱਚ ਜਦੋਂ ਆਪਾਂ ਨੂੰ ਬਾਹਰ ਦਿਖਾਈ ਦਿੰਦੇ ਨੇ ਜਦੋਂ ਹਲਦੀ ਆਪਾਂ ਨੂੰ ਪੱਤਿਆਂ ਦੇ ਉੱਤੇ ਦਿਖਾਈ ਦਿੰਦੀ ਏ ਉਦੋਂ ਕਾਫੀ ਜ਼ਿਆਦਾ ਨੁਕਸਾਨ ਇਹ ਅੰਦਰੇ ਅੰਦਰ ਕਰ ਚੁੱਕੀ ਹੁੰਦੀ ਏ ਜਦੋਂ ਆਪਾਂ ਨੂੰ ਹਲਦੀ ਪੱਤਿਆਂ ਦੇ ਉੱਤੇ ਦਿਖਾਈ ਦਿੰਦੀ ਏ ਉਦੋਂ ਇਹਦਾ ਆਖਰੀ ਲੈਵਲ ਹੀ ਹੁੰਦਾ ਹੈ ਹੁਣ ਆਪਾਂ ਗੱਲ ਕਰਦੇ ਆ ਕਿਹੜੀਆਂ ਕਿਹੜੀਆਂ ਸੁਪਰੀਆਂ ਕਰ ਸਕਦੇ ਆ ਆਪਾਂ ਇਹਨੂੰ ਰੋਕਣ ਦੇ ਵਾਸਤੇ ਤੇ ਕਦੋਂ ਕਰਨੀਆਂ ਹੁੰਦੀਆਂ ਨੇ ਸਭ ਤੋਂ ਪਹਿਲੇ ਨੰਬਰ ਤੇ ਜਿਵੇਂ ਆਪਾਂ ਗੱਲ ਕਰਦੇ ਹੁੰਨੇ ਆ ਸਿੱਟੇ ਨਿਕਲਣ ਤੋਂ ਪਹਿਲਾਂ ਇੱਕ ਉਲੀਨਾਸ਼ਕ ਜਿਹੜਾ ਆਪਾਂ ਨੂੰ ਕਣਕਾਂ ਦੇ ਉੱਤੇ ਕਰਨਾ ਚਾਹੀਦਾ ਪ੍ਰੋਟੈਕਸ਼ਨ ਦੇ ਵਾਸਤੇ ਜੇਕਰ ਤੁਸੀਂ ਇਹ ਕਿਸਮਾਂ ਲਾਈਆਂ ਨੇ ਜਿਨ੍ਹਾਂ ਦੀ ਆਪਾਂ ਪਹਿਲਾਂ ਗੱਲ ਕੀਤੀ ਹੈ ਕਿਉਂਕਿ ਇਹਨਾਂ ਦੇ ਵਿੱਚ ਬਿਮਾਰੀਆਂ ਜ਼ਿਆਦਾ ਆਉਂਦੀਆਂ ਨੇ ਤਾਂ ਇਹਨਾਂ ਦੇ ਵਿੱਚ ਇੱਕ ਸਪਰੇਅ ਜੜੀਆ ਬਿਨਾਂ ਬਿਮਾਰੀ ਆਉਣ ਤੋਂ ਵੀ ਤੁਹਾਨੂੰ ਇੱਕ ਸਿੱਟੇ ਨਿਕਲਣ ਤੋਂ ਪਹਿਲਾਂ ਜੜੀਏ ਕਰ ਦੇਣੀ ਚਾਹੀਦੀ ਏ ਜੇਕਰ ਆਪਾਂ ਬਿਮਾਰੀ ਥੋੜੀ ਬਹੁਤੀ ਜਦੋਂ ਦਿਖਾਈ ਦੇਂਦੀ ਏ ਉਦੋਂ ਆਪਾਂ ਸਪਰੇਅ ਕਰਨ ਦੀ ਗੱਲ ਕਰਦੇ ਆਂ ਜ਼ਿਆਦਾ ਤੁਸੀਂ ਲੇਟ ਨਹੀਂ ਹੋਣਾ ਜਿੰਨਾ ਜ਼ਿਆਦਾ ਲੇਟ ਹੋਗੇ ਸਪਰੇਅ ਕਰਨ ਤੋਂ ਉਨਾ ਜ਼ਿਆਦਾ ਇਹਦੇ ਵੱਲੋਂ ਨੁਕਸਾਨ ਹੋ ਜਾਊਗਾ ਫਿਰ ਸਪਰੇਅ ਕਰਨ ਤੋਂ ਵੀ ਇਹਨੇ ਜਿਹੜਾ ਬਿਮਾਰੀ ਨੇ ਨਹੀਂ ਰੁਕਣਾ ਬਿਮਾਰੀ ਦਿਖਾਈ ਦੇਣ ਦੇ ਜੜੀਆਂ ਜੜੀਆਂ ਤੁਸੀਂ ਸਪਰੇਆ ਲੈ ਸਕਦੇ ਹੋ ਸਭ ਤੋਂ ਪਹਿਲੇ ਨੰਬਰ ਤੇ ਟੈਬੂਕੋਨਾਜੋਲ ਤੇ ਨਾਲ ਟ੍ਰਾਈਫਲੋਕਸੀ ਸਟ੍ਰੋਬਨ ਜੜੀਏ 10 ਗ੍ਰਾਮ 15 ਲੀਟਰ ਵਾਲੇ ਪੰਪ ਦੇ ਵਿੱਚ ਤੁਸੀਂ ਇਹ ਪਾ ਕੇ ਸਪਰੇਅ ਕਰ ਸਕਦੇ ਹੋ ਤੁਹਾਨੂੰ ਵਧੀਆ 10 ਤੋਂ 12 ਗ੍ਰਾਮ ਜੜੀ ਤੁਸੀਂ ਲੈ ਸਕਦੇ ਹੋ ਵਧੀਆ ਰਿਜ਼ਲਟ ਇਹਦੇ ਦੇ ਦੇਖਣ ਨੂੰ ਮਿਲਣਗੇ ਇਹਦੇ ਤੋਂ ਬਾਅਦ ਦੇ ਵਿੱਚ ਅਗਲੇ ਨੰਬਰ ਤੇ ਜਿਮੀਦਾਰਾਂ ਦੀ ਸਭ ਤੋਂ ਮਨਪਸੰਦ ਜਿਹੜਾ ਟੈਕਨੀਕਲ ਹੈ ਪ੍ਰੋਪੀਕੋਨਾਜੋਲ ਸੋ ਤੋਂ 120 ਗ੍ਰਾਮ ਐਮਲ ਜਿਹੜੀ ਹੈ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਤੁਸੀਂ ਇਹਦੀ ਵੀ 100 ਲੀਟਰ ਪਾਣੀ ਦੇ ਨਾਲ ਵਰਤੋਂ ਕਰ ਸਕਦੇ ਹੋ ਇਹ ਵੀ ਕਾਫੀ ਜ਼ਿਆਦਾ ਹੱਦ ਤੱਕ ਇਸ ਬਿਮਾਰੀ ਨੂੰ ਕੰਟਰੋਲ ਕਰ ਦਵੇਗੀ ਤੇ ਇਹਦੇ ਤੋਂ ਬਾਅਦ ਦੇ ਵਿੱਚ ਹੈਕਜ਼ਾਕੋਨਾਜੋਲ ਜਿਹੜੀ ਹੈ 400 ਐਮਲ ਉਹ ਵੀ ਤੁਸੀਂ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਲੈ ਕੇ ਸਪਰੇਅ ਜੜੀਆ ਕਣਕ ਦੇ ਉੱਤੇ ਕਰ ਸਕਦੇ ਹੋ ਸਪਰੇਅ ਕਰਨ ਦੇ ਵਿੱਚ ਜਿਆਦਾ ਲੇਟ ਨਾ ਕਰੋ ਜਿਆਦਾ ਦੇਰੀ ਜੇਕਰ ਤੁਸੀਂ ਕਰਦੇ ਹੋ ਤਾਂ ਫਿਰ ਸਪਰੇਅ ਕਰਨ ਦਾ ਆਪਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਜੇਕਰ ਤੁਸੀਂ ਥੋੜੀ ਬਿਮਾਰੀ ਦਿਖਣ ਤੇ ਜਾਂ ਫਿਰ ਜੇ ਤੁਹਾਡੀਆਂ ਕਿਸਮਾਂ ਇਹ ਜੜੀਆਂ ਨੇ ਜਿਹੜੀਆਂ ਆਪਾਂ ਪਹਿਲਾਂ ਜਿਨ੍ਹਾਂ ਦੇ ਬਾਰੇ ਗੱਲ ਕੀਤੀ ਹੈ ਤਾਂ ਇੱਕ ਸਪਰੇਅ ਪਹਿਲਾਂ ਹੀ ਕਰ ਦਿਓ ਤਾਂ ਜੋ ਆਪਣੀ ਕਣਕ ਬਿਮਾਰੀਆਂ ਤੋਂ ਪਹਿਲਾਂ ਹੀ ਬਚਾਹ ਹੋ ਜਾਵੇ ਉਹਦੀ ਪ੍ਰੋਟੈਕਸ਼ਨ ਜਿਹੜੀ ਆ ਹੋ ਜਾਵੇ ਤੇ ਆਪਾਂ ਨੂੰ ਉਹਦੇ ਉੱਤੇ ਬਾਅਦ ਦੇ ਵਿੱਚੋਂ ਦੀ ਕੋਈ ਸਪਰੇਅ ਜਿਹੜੀ ਆ ਕਰਨੀ ਨਾ ਪਵੇ ਸੋ ਵੀਡੀਓ ਨੂੰ ਹੋਰ ਕਿਸਾਨਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਜੇ ਵੇਖਣ ਤੋਂ ਬਾਅਦ ਦੇ ਵਿੱਚ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ